अस्सलाम वालेकुम। आज हम बाहर जा रहे हैं, एक अच्छा सा व्लॉग बनाएंगे, फिर आपको दिखाएंगे कि क्या करने जा रहे हैं। ਅਸੀਂ ਜਾ ਰਹੇ ਹੁਣ ਬਾਹਰ ਤੇ ਆ ਸਾਡੇ ਘਰ ਤੇ ਬਾਹਰ ਬਾਹਰ ਕਿਆਰੀ ਲੱਗੀ ਹੋਈ ਆ, ਉਹਦੇ ਵਿੱਚ ਫਾਲਸੇ ਦਾ ਪੌਦਾ ਲਗਾਇਆ, ਫਾਲਸੇ ਵੀ ਲੱਗੇ ਹੋਏ ਆ, ਇਹਦੇ ਨਾਲ ਕਲੀ ਦਾ ਬੂਟਾ ਇੱਕ ਲੱਗਾ ਹੋਇਆ, ਬਹੁਤ ਖੂਬਸੂਰਤ ਲੱਗਦਾ, ਕਲੀਆਂ ਖਿਲਦੀਆਂ ਇਹਦੇ ਨਾਲ, ਆ ਪਤਾ ਨਹੀਂ ਕੀ ਕੁਛ ਆਪਣੇ ਆਪ ਹੀ ਉੱਗਿਆ ਹੋਇਆ। ਕਿਆਰੀ 'ਚ ਹੋਰ ਤਾਂ ਸਬਜ਼ੀ ਵਗੈਰਾ ਲਾਉਣੀ ਹੈ, ਇੱਕ ਪਾਲਕ ਦਾ ਪੌਦਾ ਉੱਗਿਆ ਹੋਇਆ। ਅੱਛੀ ਅੱਛੀ ਚੀਜ਼ਾਂ ਲੱਗਣਗੀਆਂ, ਫਿਰ ਦਿਖਾਵਾਂਗੇ, ਸਾਗ ਵਗੈਰਾ ਵੀ ਲਗਾਵਾਂਗੇ। ਸ਼ਾਮ ਦਾ ਟਾਈਮ ਆ ਤਾਂ ਅਸੀਂ ਹੁਣ ਜਾ ਰਹੇ ਹਾਂ, ਉੱਥੇ ਪਹੁੰਚ ਕੇ ਤਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਰੌਣਕ ਲੱਗੀ ਹੋਈ ਆ। 12 ਰਬੀ ਅਵਲ ਦੀ ਤਿਆਰੀ ਆ, ਰਾਸਤੇ ਦੇ ਵਿੱਚ ਬਹੁਤ ਅੱਛੀ ਲੱਗ ਰਹੀ ਸੀ, ਰੋਸ਼ਨੀਆਂ ਵਗੈਰਾ ਨਾਤਾ ਵਗੈਰਾ ਚੱਲ ਰਹੀਆਂ ਸੀ, ਬਹੁਤ ਅੱਛਾ ਮਾਹੌਲ ਸੀ। ਮਾਹੌਲ 'ਤੇ ਪਹੁੰਚ ਕੇ ਫਿਰ ਦੁਬਾਰਾ ਦੱਸਦੇ ਹਾਂ ਕਿ ਅੰਦਰ ਜਾ ਕੇ ਕੀ ਦੇਖਿਆ। ਅੱਛਾ, ਅਸੀਂ ਮਾਹੌਲ 'ਤੇ ਪਹੁੰਚ ਗਏ ਹਾਂ। ਇੱਥੇ ਕੱਪੜਿਆਂ 'ਤੇ ਸੇਲ ਲੱਗੀ ਸੀ, 4-4 5-5 ਹਜ਼ਾਰ ਵਾਲੇ ਕੱਪੜੇ ਜਿਹੜੇ 3,000 'ਚ ਮਿਲਦੇ ਪਏ ਸੀ। ਆ ਟੂ ਪੀਸ ਦੇ ਵਿੱਚ ਅੱਛੇ ਕਲਰ ਸੀ ਔਰ ਅੱਛੇ ਕੱਪੜੇ ਸੀ, ਬਹੁਤ ਖੂਬਸੂਰਤ ਅੱਛੇ ਬ੍ਰਾਂਡ ਦੇ ਕੱਪੜੇ ਸੀ। ਅਸੀਂ ਖਰੀਦੇ ਤਾਂ ਕੋਈ ਨਹੀਂ, ਲੇਕਿਨ ਦੇਖੇ ਸੀ, ਬਹੁਤ ਅੱਛੇ ਲੱਗੇ ਔਰ ਸਿਲੇ ਹੋਏ ਕੱਪੜੇ ਵੀ ਸੀ। ਤੁਸੀਂ ਵੀ ਜਾਇਓ, ਜਾ ਕੱਪੜੇ ਦੇਖਿਓ, ਬੱਚਿਆਂ ਲਈ, ਛੋਟਿਆਂ ਲਈ, ਬੜਿਆਂ ਲਈ, ਸਾਰਿਆਂ ਦੀ ਅੱਛੀ ਤਰ੍ਹਾਂ ਖਰੀਦਦਾਰੀ ਕਰਿਓ। ਔਰ ਬਹੁਤ ਅੱਛੀ ਅੱਛੀ ਵਰਾਇਟੀ ਦੇ ਕੱਪੜੇ ਸੀ, ਲੜਕੀਆਂ ਦੇ ਵੀ ਸੀ। ਫਿਰ ਅਸੀਂ ਉੱਪਰ ਵਾਲੇ ਪੋਸ਼ਨ ਚਲੇ ਗਏ, ਇੱਥੇ ਵੀ ਬਹੁਤ ਅੱਛੀ ਅੱਛੀ ਚੀਜ਼ਾਂ ਸੀ। ਜੁਲਰੀ ਵਗੈਰਾ ਵੀ ਸੀ, ਬੱਚਿਆਂ ਦੇ ਕੱਪੜੇ ਸੀ, 5 ਸਾਲ ਤੋਂ ਲੈ ਕੇ 10 ਸਾਲ ਦੀਆਂ ਬੱਚੀਆਂ ਦੇ ਅੱਛੇ ਖੂਬਸੂਰਤ ਕੱਪੜੇ ਸੀ, ਬਹੁਤ ਅੱਛੀ ਸਫਾਈ ਦੇ ਨਾਲ ਕਢਾਈ ਕੀਤੀ ਹੋਈ ਸੀ ਔਰ ਕਲਰ ਵਗੈਰਾ ਵੀ ਬਹੁਤ ਅੱਛੇ ਸੀ। ਇੱਥੇ ਪਰਫਿਊਮ 'ਤੇ ਆ ਗਏ, ਪਰਫਿਊਮ ਵੀ ਅੱਛੇ ਸੀ, ਬ੍ਰਾਂਡ ਦੀਆਂ ਚੀਜ਼ਾਂ ਸੀ, ਬਹੁਤ ਖੂਬਸੂਰਤ ਸੀ। ਉਸ ਤੋਂ ਬਾਅਦ ਅਸੀਂ ਉੱਪਰ ਆ ਗਏ, ਇੱਥੇ ਮਕਈ ਦੇ ਦਾਣੇ ਸੀ, ਚਟਪਟੇ ਕਰਕੇ ਬਣਾ ਕੇ ਦੇ ਰਿਹਾ ਸੀ
ਖਾਣੇ ਪੀਣੇ ਦਾ ਬਹੁਤ ਅੱਛਾ ਮਾਹੌਲ ਹੋ ਗਿਆ ਇੱਥੇ। ਅੱਛੀ ਚੀਜ਼ਾਂ ਪਹਿਲੇ ਤਾਂ ਖਾਣ ਨੂੰ ਨਹੀਂ ਸੀ ਆਉਂਦੇ, ਹੁਣ ਤਾਂ ਖਾਣ ਪੀਣ ਦਾ ਬਹੁਤ ਜ਼ਿਆਦਾ ਇੰਤਜ਼ਾਮ ਕੀਤਾ ਹੋਇਆ। ਇਹ ਵੀ ਬਿਲਕੁਲ ਛੋਟੇ ਬੱਚੀਆਂ ਦੇ ਫਰਾਕ ਸੀ, ਔਰ ਸ਼ਰਟਾਂ ਵੀ ਸੀਤੀਆਂ ਹੋਈਆਂ ਸੀ, ਔਰ ਕਢਾਈ ਵਾਲੇ ਕੱਪੜੇ ਸੀ, ਇੱਕ ਸਾਲ ਦੀ ਬੇਬੀ ਦੇ, 6 ਮਹੀਨੇ ਦੇ ਬੇਬੀ ਦੇ। ਬਾਬਾ ਦੇ ਕੱਪੜੇ ਵੀ ਹੈਗੇ ਸੀ, ਲੇਕਿਨ ਲੜਕੀਆਂ ਦੇ ਕੱਪੜੇ ਬਹੁਤ ਜ਼ਿਆਦਾ ਖੂਬਸੂਰਤ ਸੀ। ਇਹ ਕਮੀਜ਼ ਸਾਨੂੰ ਬਹੁਤ ਅੱਛੀ ਲੱਗੀ ਸੀ, ਲੇਕਿਨ ਇੰਨੀ ਛੋਟੀ ਬੱਚੀ ਨਹੀਂ ਹੈਗੀ ਸੀ। ਅੱਗੇ ਫਿਰ ਅਸੀਂ ਮਕਈ ਦੇ ਦਾਣੇ ਲਏ ਇੱਥੋਂ, ਚਟਪਟੇ ਕਰਕੇ ਉਹਨੇ ਚਾਟ ਦੀ ਤਰ੍ਹਾਂ ਬਣਾ ਕੇ ਦਿੱਤੇ ਸੀ, ਬਹੁਤ ਮਜ਼ੇਦਾਰ ਸੀ, ਖਾਣ ਪੀਣ ਦਾ ਅੱਛਾ ਇੰਤਜ਼ਾਮ। ਅੱਗੇ ਫਿਰ ਅਸੀਂ ਇੱਥੇ ਆ ਗਏ, ਸ਼ੋਪੀਸ ਵਗੈਰਾ ਦੇਖੇ, ਸ਼ੋਪੀਸ ਵੀ ਅੱਛੇ ਸੀ, ਲੇਕਿਨ ਮਹਿੰਗੀਆਂ ਸੀ ਚੀਜ਼ਾਂ, ਲੇਕਿਨ ਹੈ ਖੂਬਸੂਰਤ ਸੀ। ਆਜੂਲਰੀ ਵਗੈਰਾ ਰੱਖਣ ਵਾਸਤੇ ਕੋਈ ਬੋਕਸ ਬਣਿਆ ਹੋਇਆ ਸੀ। ਸ਼ੋਪ 'ਤੇ ਆ ਗਏ, ਫਿਰ ਇੱਥੇ ਵੀ ਅੱਛੀਆਂ ਅੱਛੀਆਂ ਚੀਜ਼ਾਂ ਸੀ, ਲੇਕਿਨ ਖਰੀਦਦਾਰੀ ਤਾਂ ਘੱਟ ਹੀ ਕੀਤੀ, ਚੀਜ਼ਾਂ ਜ਼ਿਆਦਾ ਦੇਖੀਆਂ, ਇੰਜੋਏ ਕੀਤਾ। ਬੱਚਿਆਂ ਦੇ ਟਿਫਨ ਬੋਕਸ ਸੀ, ਬੋਤਲ ਵਗੈਰਾ, ਹਰ ਚੀਜ਼ ਇੱਥੇ ਹੈਗੀ ਸੀ, ਘਰ ਦੀ ਸਜਾਵਟ ਦੀਆਂ ਚੀਜ਼ਾਂ ਵੀ ਹੈਗੀਆਂ ਸੀ। 280 ਦੀ ਸੇਲ ਸੀ ਲੱਗੀ ਹੋਈ, ਘਰ ਦਾ ਬਹੁਤ ਸਾਰਾ ਸਮਾਨ ਹੈਗਾ ਸੀ, ਕਿਚਨ ਦਾ। ਤੁਸੀਂ ਵੀ ਜਾਓ, ਜਾ ਕੇ ਦੇਖੋ, ਅੱਛਾ ਲੱਗੂਗਾ ਜਾ ਕੇ ਉੱਥੇ। ਹਰ ਚੀਜ਼ ਕਿਚਨ ਦੇ ਇਸਤੇਮਾਲ ਦੀ ਹੈਗੀ ਇੱਥੇ। ਫਿਰ ਉਸ ਤੋਂ ਬਾਅਦ ਅਸੀਂ ਮਕਈ ਦੇ ਦਾਣੇ ਲਏ, ਚਾਟ ਦੀ ਤਰ੍ਹਾਂ ਬਣੇ ਹੋਏ ਸੀ, ਮਜ਼ੇਦਾਰ ਸੀ। ਖਾਣਾ ਆਰਡਰ ਕੀਤਾ ਅਤੇ ਖਾਣੇ ਦੇ ਵਿੱਚ ਅਸੀਂ ਬਰਗਰ ਮੰਗਵਾਏ ਸੀ। ਖਾਣ ਪੀਣ ਦਾ ਬਹੁਤ ਅੱਛਾ ਇੰਤਜ਼ਾਮ ਹੋਇਆ, ਪਹਿਲੇ ਨਹੀਂ ਸੀ ਹੁੰਦਾ, ਲੇਕਿਨ ਹੁਣ ਤੋਂ ਬਹੁਤ ਜ਼ਿਆਦਾ ਖਾਣ ਪੀਣ ਦੀ ਹਰ ਚੀਜ਼ ਮਿਲਦੀ ਹੈ ਉੱਥੇ।
ਗੋਲ ਗੱਪੇ ਵੀ ਹੈਗੇ ਸੀ। ਇੱਕ ਟਰੇ ਅਸੀਂ ਗੱਪੇ ਦੀ ਬਣਵਾਈ, ਨਵੀਂ ਚੀਜ਼ ਸੀ, ਟਰਾਈ ਕੀਤੀ, ਬਹੁਤ ਅੱਛੀ ਲੱਗੀ। ਤੁਸੀਂ ਵੀ ਜਾਓ, ਇੰਜੋਏ ਕਰੋ ਔਰ ਫਿਰ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਉੱਥੇ ਜਾਣਾ। ਲਓ ਜੀ, ਆ ਸਾਡੇ ਵਾਸਤੇ ਗੱਪਾ ਤਿਆਰ ਹੋ ਰਿਹਾ। ਮਸਾਲੇ ਵਗੈਰਾ ਪਾਈ ਜਾਂਦੇ, ਚਟਨੀਆਂ ਪਾਈ ਜਾਂਦੇ, ਬਹੁਤ ਮਜ਼ੇਦਾਰ ਕਰਕੇ ਇਹਨੇ ਬਣਾਇਆ ਸੀ। ਗੋਲ ਗੱਪਿਆਂ ਦਾ ਅਲੱਗ ਹੀ ਮਜ਼ਾ, ਲੇਕਿਨ ਗੱਪੇ ਦਾ ਮਜ਼ਾ ਅਲੱਗ ਆ। ਗੱਪਾ ਬਹੁਤ ਖੂਬ ਅੱਛੇ ਤਰੀਕੇ ਨਾਲ ਬਣਾਇਆ ਸੀ। ਦੋ ਬੰਦੇ ਆਰਾਮ ਨਾਲ ਰੱਜ ਕੇ ਖਾ ਸਕਦੇ ਆ, ਇੰਨਾ ਅੱਛਾ ਬਣਿਆ ਹੋਇਆ ਸੀ। ਔਰ ਆ ਹੋ ਗਈ ਗੱਪੇ ਦੀ ਸਾਡੀ ਟਰੇ ਤਿਆਰ ਹੈ ਨਾ, ਮਜ਼ੇਦਾਰ। ਅੱਛਾ, ਉਸ ਤੋਂ ਬਾਅਦ ਸਾਡੇ ਬਰਗਰ ਵੀ ਆ ਗਏ ਸੀ, ਆਲੂ ਦੇ ਚਿਪਸ ਸੀ, ਨਾਲ ਬੋਤਲ ਸੀ। ਖਾਣਾ ਵਾਣਾ ਖਾਇਆ, ਮਜ਼ਾ ਕੀਤਾ। ਹੁਣ ਵਾਪਸ ਜਾ ਰਹੇ ਹਾਂ ਦੂਸਰੇ ਤੀਸਰੇ ਫਲੋਰ ਦੇ ਉੱਤੇ। ਖਾਣ ਪੀਣ ਦਾ ਅੱਛਾ ਇੰਤਜ਼ਾਮ ਕੀਤਾ ਹੋਇਆ। ਤੁਸੀਂ ਵੀ ਜਾਓ ਔਰ ਕਿੱਥੋਂ ਕਿੱਥੋਂ ਸਾਡਾ ਵਲੌਗ ਦੇਖਿਆ ਸਾਨੂੰ ਜ਼ਰੂਰ ਦੱਸਿਓ, ਔਰ ਪਿਆਰ ਮੁਹੱਬਤ ਨਾਲ ਜਵਾਬ ਦਿਓ। ਜਿਹੜੇ ਮੇਰੇ ਭੈਣ ਭਰਾ ਉਹ ਵੀ ਦੇਖਣ। ਅਸੀਂ ਮੌਲ ਤੋਂ ਬਾਹਰ ਆ ਗਏ ਹੁਣ, ਅਗਲੀ ਵੀਡੀਓ 'ਚ ਮਿਲਾਂਗੇ। ਅੱਲਾ ਹਾਫਿਜ਼, ਔਰ ਦੁਆਵਾਂ ਯਾਦ ਰੱਖਿਓ।